ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਸ ਬੋਰਡ ਦੇ। ਇਹ ਬੋਰਡ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਾ ਹੈ ਤੇ ਇਹ ਬੋਰਡ ਸੁੱਕ ਗਿਆ ਸੀ। ਸੰਗਤਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਬੋਰਡ ਹਰਿਆ ਹੋਣਾ ਚਾਹੀਦਾ ਹੈ। ਤਾਂ ਇੱਕ ਦਿਨ ਦੀਵਾਨ ਸੱਜਿਆ ਤੇ ਗੁਰੂ ਜੀ ਨੇ ਹੁਕਮ ਦਿੱਤਾ ਉਹ ਮਾਈ ਇਸ਼ਨਾਨ ਕਰੇ ਜਿਸ ਨੇ ਮਰਦ ਦਾ ਮੂੰਹ ਕਦੇ ਨਾ ਫਟਕਾਰਿਆ ਹੋਵੇ। ਤਾਂ ਇੱਕ ਮਾਈ ਨੇ ਇਸ਼ਨਾਨ ਕੀਤਾ ਤਾਂ ਬੋਰਡ ਹਰਿਆ ਹੋ ਗਿਆ। ਤਾਂ ਫਿਰ ਗੁਰੂ ਜੀ ਨੇ ਮਾਈ ਜੀ ਨੂੰ ਪੁੱਛਿਆ ਕਿਉਂ ਨਹੀਂ ਮਰਦ ਦਾ ਮੂੰਹ ਫਟਕਾਰਿਆ। ਤਾਂ ਉਸ ਨੇ ਦੱਸਿਆ ਕਿ ਅਸੀਂ 7 ਭੈਣਾਂ ਸੀ ਅਤੇ ਸਾਡਾ ਪਿਤਾ ਮਰ ਗਿਆ ਸੀ ਅਤੇ ਸਾਡੀ ਮਾਤਾ ਗਰਭਵਤੀ ਸੀ ਅਤੇ ਸਾਡੀ ਜਾਇਦਾਦ ਸਰਕਾਰ ਨੇ ਜ਼ਬਤ ਕਰ ਲਈ ਅਤੇ ਹੁਕਮ ਦਿੱਤਾ ਕਿ ਜੇ ਪੁੱਤਰ ਹੋਵੇਗਾ ਤਾਂ ਤੁਹਾਡੀ ਜਾਇਦਾਦ ਦਿੱਤੀ ਜਾਵੇਗੀ। ਅਤੇ ਸਾਡੀ ਮਾਤਾ ਨੇ ਘਰ ਪੁੱਤਰ ਪੈਦਾ ਹੋਇਆ ਅਤੇ ਸਾਡੀ ਸਾਰੀ ਜਾਇਦਾਦ ਵਾਪਸ ਮਿਲ ਗਈ ਅਤੇ ਮਰਦ ਦਾ ਸਤਿਕਾਰ ਕਰਦੀ ਰਹੀ ਕਿ ਮਰਦ ਇੱਕ ਨਿਆਮਤ ਪਰ ਦੁਸ਼ਮਣ ਲਈ ਕਿਆਮਤ ਹੈ। ਅਤੇ ਇਹ ਬੋਰਡ ਹੇਠਾਂ ਗੁਰੂ ਜੀ ਦਾ ਪ੍ਰਸ਼ਾਦੀ ਹਾਥੀ ਵੀ ਵੱਜਦਾ ਸੀ। ਇਹ ਸੀਗਾ ਇਸ ਬੋਰਡ ਦਾ ਇਤਿਹਾਸ ਅਤੇ ਵੀਡੀਓ ਨੂੰ ਸ਼ੇਅਰ ਕਰਕੇ ਹੋਰਾਂ ਸੰਗਤਾਂ ਤੱਕ ਜ਼ਰੂਰ ਪਹੁੰਚਾਇਓ ਜੀ। ਇਹ ਬੋਰਡ ਸ਼ਹੀਦੀ ਬਾਗ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੈ ਅਤੇ ਹੋਰਾਂ ਸੰਗਤਾਂ ਨੂੰ ਦਰਸ਼ਨ ਜ਼ਰੂਰ ਕਰਵਾਇਓ ਜੀ।